बेसहारों को अपना बना लीजिए, साया आफियत में बसा लीजिए। ਇਹਦੇ ਨਾਲ ਹੀ ਦੂਸਰਾ ਆ ਰਿਹਾ ਹੁਣ ਕਿ ਮੁਹਰਮ ਆਉਣ ਵਾਲਾ, ਉਹਦੀ ਪਹਿਲੀ ਤਾਰੀਖ 'ਤੇ ਵੀ ਬਿਲਕੁਲ ਫਸਾਦ ਵੀ ਨਹੀਂ ਜਿੱਦਾਂ ਇਹਨਾਂ ਨੇ ਕੀਤਾ ਵੀ ਹਜ਼ਰਤ ਉਮਰ ਰਜ਼ੀ ਅੱਲ੍ਹਾ ਇਸ ਦਿਨ ਸ਼ਹੀਦ ਹੋਏ। ਇਸ ਤੋਂ ਹਕੂਮਤ ਵੀ ਇਹ ਦਿਨ ਮਨਾਵੇ ਅਤੇ ਅਸੀਂ ਵੀ ਮਨਾਉਣਾ, ਤਾਂ ਕਿ ਸ਼ੀਆ ਲੋਕ ਇਮਾਮ ਹੁਸੈਨ ਰਜ਼ੀ ਦਾ ਕੋਈ ਜ਼ਿਕਰ ਸ਼ੁਰੂ ਕਰਨ 'ਤੇ ਡਾਂਗ ਸੋਟਾ ਵਾਹ ਵਾਹ ਹੋਵੇ, ਅਸੀਂ ਹਜ਼ਰਤ ਉਮਰ ਰਜ਼ੀ ਲੈ ਕੇ ਤੁਰ ਪਈਏ, ਉਹ ਹਜ਼ਰਤ ਹੁਸੈਨ ਨੂੰ ਤੁਰ ਪਈਏ। ਨੀਤਾਂ ਹੀ ਫਤਵੂ ਰਿਹਾ ਮਸਲਾ, ਅਗਰ ਹੋਵੇ ਨਾ ਇਰਮ ਨਾ ਲੱਭਣਾ ਉਹ ਹੋਰ ਹੁੰਦਾ ਵੱਧ ਨੀਅਤ। ਇਹਦੇ ਲਈ ਮੈਂ ਪੜ੍ਹਾਂ ਅਲ ਇਸਾਬ ਉਸਦੁਲ ਗਾਬਾ ਇਮਾਮ ਇਬਨ ਨਸੀਰ ਜਦਰੀ ਦੀ। ਤਿੰਨ ਕਿਤਾਬਾਂ ਐਸੀਆਂ ਜਿਹੜੀਆਂ ਦੁਨੀਆ 'ਚ ਮੌਜੂਦ ਹੈ। ਜਿਹੜਾ ਵੀ ਕੋਈ ਬੰਦਾ ਸਹਾਬਾ ਕਿਰਾਮ ਦੇ ਹਾਲਾਤ ਪੜ੍ਹਨਾ ਚਾਹੁੰਦਾ, ਯਾਨੀ ਵੇਖੋ ਇਹਨਾਂ ਲੋਕਾਂ ਨੇ ਮਾਰਫਤ ਸਹਾਬਾ 'ਤੇ ਕੰਮ ਕੀਤਾ ਅਤੇ ਕਿਹੜੇ ਕਿਹੜੇ ਬੰਦੇ ਰਸੂਲਾਂ ਦੇ ਸਾਥੀ ਸੀ, ਕੀ ਉਮਰਾਂ ਉਹਨਾਂ ਦੀਆਂ, ਕਿੱਥੇ ਕਬੀਲਿਆਂ ਦੇ। ਤਿੰਨ ਵੱਡੀਆਂ ਪਹਿਲਾਂ ਨੇ ਜੋ ਲਿਖਿਆ ਸੀ ਬਿਨੇ ਮੰਦਾ ਅਬੂ ਮੂਸਾ, ਸਭ ਨੇ ਇਹਨਾਂ ਇਕੱਠਾ ਕਰ ਲਿਆ। ਇੱਕ ਅਲ ਇਸਤੀਆਬ امام ابن عبد البر، ایک اسد الغابہ فی معرفت صحابہ، شیخ عز الدین ابو الحسن علی بن ابو الکرم الشیبانی معروف بابن لطیف، اور تیسری کتاب حافظ بن حجر رحمۃ اللہ علیہ الاصابہ۔ ایسے دنیا چ تین کتاباں موجود ہیں جنہاں چنہ سارے تذکرے مل جاتے ہیں، جی کوئی ایک چھٹ گیا دوجے لکھ دے، اے سمجھو چوتھی جلد۔ اور یہ حضرت سیدنا عمر بن الخطاب رضی اللہ عنہ بڑا لمبا، ਉਹਨਾਂ ਦੀ ਜ਼ਿੰਦਗੀ ਵਿਹਾਰਾਤ ਹੈ, ਇਸਲਾਮ ਕਿਸ ਤਰ੍ਹਾਂ ਲਿਆ ਹੈ, ਸਭ ਕੁਝ ਬਿਆਨ ਹੋਇਆ। ਆਗਰ ਤੇ ਵਫਾਤ ਦੀ ਗੱਲ ਅਤੇ ਇਹਦੇ 'ਤੇ ਫਿਰ ਲਿਖਦੇ ਕਿ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਨੂੰ ਰਵਾ ਅਬੂ ਬਕਰ ਬਿਨ ਇਸਮਾਈਲ ਬਿਨ ਮੁਹੰਮਦ ਬਿਨ ਸਾਦਨ ਨੂੰ ਕਾਲਾ ਤੋਇਨ ਉਮਰ ਯਾਮਲ ਅਰਬਿਆ ਅਰਬ ਯਾਲਮ ਬਕੀਨਾ ਮਿਨ ਜ਼ੁਲ ਹਿੱਜਾ ਸਲਾਸਿਨ ਵਸ਼ਰੀਨ ਵ ਦੋਫਨਾ ਯਾਮਲ ਅਹਦ ਹਿਲਾਲ ਮੁਹਰਮ ਸਨਾਤ ਅਰਬ ਵਸ਼ਰੀਨ ਵਕਾਨਤ ਖਿਲਾਫਤ ਅਸ਼ਰ ਸੀਨ ਵਕਮ ਸਦ ਅਸ਼ਰ ਵਾਹਦ ਅਸ਼ਰੀਨ ਯੋਮ। ਇਹ ਪਿਆਂਦਾ ਬੇ ਹਜ਼ਰਤ ਉਮਰ ਰਜ਼ੀ ਨੂੰ ਚਾਰ ਦਿਨ ਬਾਕੀ ਸੀ ਦਿਲ ਹੱਜ ਦੇ ਐਸ ਮਹੀਨੇ 'ਤੇ, ਅਤੇ ਬੁੱਧ ਦਾ ਦਿਨ ਉਸ ਦਿਨ ਜ਼ਖਮੀ ਕੀਤਾ ਗਿਆ 23 ਹਿਜਰੀ, ਅਤੇ ਫਿਰ ਐਤਵਾਰ ਵਾਲੇ ਦਿਨ ਮੁਹਰਮ ਦਾ ਚੰਦ ਚੜ੍ਹਿਆ, ਉਸ ਦਿਨ ਫੌਤ ਹੋ ਚੁੱਕੇ ਸੀ, ਦਫਨ ਕੀਤਾ ਗਿਆ। ਅਤੇ ਖਿਲਾਫਤ ਆਪ ਜੀ 10 ਸਾਲ ਹੋਈ ਹੈ, 5 ਮਹੀਨੇ ਹੋਏ, 21 ਦਿਨ। ਵਕਾਰ ਉਸਮਾਨ ਉਬਨ ਮੁਹੰਮਦ ਅਲ ਅਖਨਸੀ ਹਾਜ਼ਾ ਵਹਿਮ। ਇਹ ਫਿਰ ਅੱਗੇ ਲਿਖਿਆ ਕਿ ਇਮਾਮ ਉਸਮਾਨ ਬਿਨ ਮੁਹੰਮਦ ਅਖਨਸੀ ਨੇ ਕਿਹਾ ਕਿ ਵਹਿਮ ਮੁਗਾਲਤਾ ਤੋਹਫੇ ਉਮਰ ਲੈ ਅਰਬਾ ਲਈ ਆਲਮ ਬਕੀਨਾ ਮਿਲ ਰਿਹਾ। 4 ਦਿਨ ਬਾਕੀ ਸੀ ਅਜੇ ਦਿਲ ਹੱਜ ਦੇ, ਜਦੋਂ ਹਜ਼ਰਤ ਉਮਰ ਰਜ਼ੀ ਨੂੰ ਫੌਤ ਹੋ ਗਏ, ਜ਼ਖਮੀ ਨਹੀਂ ਹੋਏ, ਫੌਤ ਹੋ ਗਏ। ਬਾਬੂ ਜੇ ਉਸਮਾਨ ਯੋਮਲ ਇਸਲੀਨ ਲੈ ਲੈ ਰਾਤ ਬਾਕੀ ਮੈਨ ਦਿਲ ਹਿੱਜਾ, ਔਰ ਦਿਲ ਹੱਜ ਦਾ 1 ਦਿਨ ਅਜੇ ਬਾਕੀ ਸੀ, ਅਤੇ ਸੋਮਵਾਰ ਦਾ ਦਿਨ ਸੀ ਜਦੋਂ ਹਜ਼ਰਤ ਉਸਮਾਨ ਰਜ਼ੀ ਦੀ ਬੈਤ ਹੋ ਗਈ। ਬੈਤ ਹੀ ਮੁਹਰਮ ਤੋਂ ਪਹਿਲਾਂ, ਇਹ ਸਫ਼ਾ 70 ਤੋਂ ਪੜ੍ਹਿਆ, 34 ਜੇ ਇਹ 2 ਤੇ ਵਾਕਏ ਜਿਹੜੇ ਸੀ ਇਹਨਾਂ ਦੀ ਦਰੁਸਤੀ ਕਰਨੀ ਸੀ ਕਿ ਹਜ਼ਰਤ ਉਸਮਾਨ ਰਜ਼ੀ ਅੱਲਾਹ ਤਾਲਾ ਨੂੰ 12 ਦਿਲ ਹੱਜਾਂ ਨੂੰ ਸ਼ਹੀਦ ਹੋਏ, ਹਜ਼ਰਤ ਉਮਰ ਰਜ਼ੀ ਨੂੰ 4 ਦਿਨ ਪਹਿਲਾਂ ਜਿਹੜੇ ਉਹਨਾਂ ਨੂੰ ਫੌਤ ਹੋ ਗਏ, ਔਰ ਫਿਰ ਖਿਲਾਫਤ ਦਾ ਫੈਸਲਾ 3 ਦਿਨ 'ਚ ਹੋ ਗਿਆ, 1 ਦਿਨ ਮੁਹਰਮ ਤੋਂ ਪਹਿਲਾਂ ਹੀ ਬੈਤ ਹਜ਼ਰਤ ਉਸਮਾਨ ਰਜ਼ੀ ਦੀ ਹੋਈ।